ਬਿਸਮਿਲ੍ਲਾਹਿਰਰਹਿਮਾਨਿਰਰਹੀਮ ਲੱਖਾਂ ਦਰੂਦ ਅਤੇ ਸਲਾਮ ਹਜ਼ਰਤ ਮੁਹੰਮਦ ਸੱਲਲਾਹੁ ਅਲੈਹਿ ਵਸੱਲਮ ਅਤੇ ਉਹਨਾਂ ਦੀ ਆਲ 'ਤੇ ਅਤੇ ਉਹਨਾਂ ਦੀ ਔਲਾਦ 'ਤੇ। ਅਤੇ ਅੱਜ ਖਰੀਆਂ ਗੱਲਾਂ ਦੇ ਵਿੱਚ ਸਾਡੇ ਪ੍ਰਾਹੁਣੇ ਨੇ ਸੈਯਦ ਮੁਹੰਮਦ ਅਜ਼ੀਮ ਸਾਹਿਬ, ਅਤੇ ਇਹ ਜਨਾਬ ਜਪਾਨ ਤੋਂ ਜਿਹੜਾ ਬਿਲੋਂਗ ਕਰਦੇ ਨੇ, ਅਤੇ ਬੇਸਿਕਲੀ ਤਾਂ ਇਹਨਾਂ ਦਾ ਤਲਕ ਜਿਹੜਾ ਉਹ ਪਾਕਿਸਤਾਨ ਨਾਲ ਹੀ ਹੈ, ਔਰ ਮੁਸਲਿਮ ਲੀਗ ਨੂਨ ਦੇ ਮਰਕਜ਼ੀ ਜੁਆਇੰਟ ਸੈਕਟਰੀ ਵੀ ਨੇ, ਅਤੇ ਬੜੇ ਅਰਸੇ ਤੋਂ ਮੀਆਂ ਨਵਾਜ਼ ਸ਼ਰੀਫ ਦੀ ਪਾਰਟੀ ਦੇ ਅਹੁਦੇਦਾਰ ਨੇ। ਅਸੀਂ ਇਹਨਾਂ ਨੂੰ ਆਪਣੇ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ, ਅਤੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੀ ਪਾਕਿਸਤਾਨ ਤੁਹਾਡਾ ਕਿਹੜੇ ਇਲਾਕੇ ਨਾਲ ਤਲਕ ਹੈ ਜੀ? ਬਿਸਮਿਲ੍ਲਾਹਿਰਰਹਿਮਾਨਿਰਰਹੀਮ ਨਹਮਦੁਹੁ ਵਨਸੱਲੀ ਅਲਾ ਅਲ ਕਰੀਮ ਅੰਮਾ ਬਾਦ ਫਾਊਜ਼ ਬਿੱਲਾਹਿ ਮਿਨਸ ਸ਼ੈਤਾਨਿਰ ਰਜੀਮ। ਰਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਪ੍ਰੋਗਰਾਮ ਪੰਜਾਬੀ ਪ੍ਰੋਗਰਾਮ 'ਚ ਮੈਨੂੰ ਲਿਆ ਹੈ, ਇਸ ਚੀਜ਼ ਦਾ ਮੈਨੂੰ ਬਹੁਤ ਖੁਸ਼ੀ ਹੈ। ਮੇਰੀ ਪੈਦਾਇਸ਼ ਫੈਸਲਾਬਾਦ ਦੀ ਹੈ, ਅਤੇ ਬਲਕਿ ਮੈਂ ਉਹ ਲਾਇਲਪੁਰ ਸੀ, ਪਹਿਲੇ ਲਾਇਲਪੁਰ ਹੁੰਦਾ ਸੀ, ਫਿਰ ਫੈਸਲਾਬਾਦ ਹੋ ਗਿਆ, ਅਤੇ ਬਚਪਨਾ ਮੇਰਾ ਸਾਰਾ ਜੰਮੇ ਤੁਸੀਂ ਲਾਲਪੁਰ 'ਚ ਹੋ, ਹਾਂਜੀ, ਅਤੇ ਵੱਡੇ ਤੁਸੀਂ ਫੈਸਲਾਬਾਦ 'ਚ ਹੋਏ ਹੋ। ਜੀ ਜੀ ਜੀ, ਬਿਲਕੁਲ ਇਸੇ ਤਰ੍ਹਾਂ ਹੀ ਆ, ਬਚਪਨਾ ਉੱਥੇ ਗੁਜ਼ਰਿਆ ਹੈ, ਅਤੇ ਜਵਾਨੀ ਥੋੜ੍ਹੀ ਜਿਹੀ ਗੁਜ਼ਰੀ, ਉਸ ਤੋਂ ਬਾਅਦ ਮੈਂ ਬਾਹਰ ਆ ਗਿਆ। ਠੀਕ ਹੋ ਗਿਆ, ਅਤੇ ਬਸ ਇਹ ਛੋਟੀ ਜਿਹੀ ਜ਼ਿੰਦਗੀ ਹੈ। ਸਹੀ ਹੋ ਗਿਆ, ਅਤੇ ਮੈਨੂੰ ਇਹ ਦੱਸੋ ਕਿ ਤੁਹਾਡਾ ਬਚਪਨਾ ਉੱਥੇ ਗੁਜ਼ਰਿਆ ਜੀ? ਅਤੇ ਬਚਪਨ ਤਾਂ ਬੜਾ ਯਾਨੀ ਕਿ ਇੱਕ ਜਿਹੜੀ ਯਾਦਗਾਰ ਲਮਹਾਤ ਹੁੰਦੇ ਨੇ, ਉਹ ਜ਼ਿੰਦਗੀ ਦੇ ਵਿੱਚ ਯਾਦ ਆਉਂਦੇ ਹੀ ਰਹਿੰਦੇ ਨੇ। ਬਿਲਕੁਲ, ਅਤੇ ਮੈਨੂੰ ਇਹ ਤਾਂ ਦੱਸੋ ਕਿ ਬਚਪਨ ਦੀ ਕੋਈ ਆਪਣੀ ਕੋਈ ਖਾਸ ਗੱਲ, ਕੋਈ ਬਾਤ ਜਿਹੜੀਆਂ ਤੁਸੀਂ ਉੱਥੇ ਫੈਸਲਾਬਾਦ ਇੰਜੋਏ ਕੀਤਾ ਹੈ? ਵੈਸੇ ਵੀ ਫੈਸਲਾਬਾਦ ਦੇ ਤਾਂ ਬੜੇ ਬੜੇ ਕਮੇਡੀਅਨ ਪੈਦਾ ਹੋਏ ਨੇ, ਬੜੇ ਬੜੇ ਗੁਰੂਕਾਰ ਪੈਦਾ ਹੋਏ ਨੇ, ਅਤੇ ਬੜਾ ਹੀ ਇੱਕ ਜਿਹੜਾ ਨਾ ਸਮਝਿਆ ਜਾਂਦਾ ਕਿ ਫੈਸਲਾਬਾਦ ਪੁਰ ਰੌਣਕ ਅਤੇ ਜ਼ਿੰਦਾ ਦਿਲਾਂ ਦਾ ਸ਼ਹਿਰ ਹੈ। ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਫੈਸਲਾਬਾਦ 'ਚ ਦੇਖੋ ਸਾਡੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਪੈਦਾ ਹੋਏ ਨੇ। ਬਿਲਕੁਲ, ਹਾਂਜੀ, ਉਹ ਮਾਸ਼ਾਅੱਲਾ ਪੂਰੀ ਦੁਨੀਆ 'ਚ ਉਹਨਾਂ ਦਾ ਇੱਕ ਨਾਂ ਹੈ, ਹਾਂਜੀ, ਔਰ ਉਹਨਾਂ ਦੇ ਨਾਂ ਦਾ ਇੱਕ ਅੰਡਰ ਪਾਸ ਵੀ ਬਣਿਆ ਹੈ ਸਮੁੰਦਰੀ ਰੋਡ 'ਤੇ, ਜੀ ਕਲਾਰ ਰੋਡ ਦੇ ਉੱਤੇ, ਜੀ ਅੰਡਰ ਪਾਸ ਬਣਿਆ, ਬਹੁਤ ਸ਼ਾਨਦਾਰ, ਬਹੁਤ ਖੂਬਸੂਰਤ। ਮਾਸ਼ਾਅੱਲਾ ਫੈਸਲਾਬਾਦ ਹੁਣ ਇੰਨਾ ਕੁ ਸੋਹਣਾ ਖੂਬਸੂਰਤ ਹੋ ਗਿਆ ਹੈ, ਹਾਂਜੀ, ਅਤੇ ਮਜ਼ਾ ਆਉਂਦਾ ਹੈ ਰੋਡਾਂ 'ਤੇ ਫਿਰਨ ਦਾ। ਤਰੱਕੀ ਤਾਂ ਬੜੀ ਕੀਤੀ ਆ, ਮੈਨਚੈਸਟਰ ਹੈਗਾ ਪਾਕਿਸਤਾਨ। ਜੀ ਜੀ ਜੀ, ਅੰਦਰੂਨ ਥੋੜ੍ਹਾ ਜਿਹਾ ਹੈਗਾ ਹੈ, ਥੋੜ੍ਹਾ ਜਿਹਾ, ਚਲੋ ਅਤੇ ਹਰ ਮੁਲਕ ਦੇ ਵਿੱਚ ਹੀ ਥੋੜ੍ਹਾ ਬਹੁਤਾ ਹੁੰਦਾ ਹੈ। ਹਾਂਜੀ, ਫਿਰ ਬਚਪਨ ਦੀ ਕੋਈ ਸੁਣਾਓ। ਬਚਪਨ ਦਾ ਇਹ ਆ ਕਿ ਮੈਨੂੰ ਫਿਲਮਾਂ ਦਾ ਬਹੁਤ ਸ਼ੌਕ ਸੀ, ਫਿਲਮਾਂ ਦਾ ਬਹੁਤ ਸ਼ੌਕ ਸੀ, ਪੰਜਾਬੀ ਫਿਲਮਾਂ ਜੀ, ਪੰਜਾਬੀ ਫਿਲਮਾਂ, ਫਿਰ ਉਰਦੂ ਵੀ ਕੋਈ ਨਾ ਕੋਈ ਦੇਖ ਲੈਣੀ, ਅਤੇ ਸਾਡੇ ਉੱਥੇ ਫੈਸਲਾਬਾਦ 2092 ਨੇ, ਅਜੇ ਵੀ ਹੈ ਨੇ 2092, ਹੁਣ ਤਾਂ ਇੰਨੇ ਨਹੀਂ ਹੈਗੇ, ਖੈਰ ਹੁਣ ਤਾਂ ਬਹੁਤ ਘੱਟ ਗਏ ਨੇ, ਉੱਥੇ ਬਸ ਪਲਾਜ਼ੇ ਪਲੂਜ਼ੇ ਬਣ ਗਏ ਨੇ। ਇਹ ਕਿਹੜੇ ਸੰਨ ਦੀ ਗੱਲ ਕਰਦੇ ਹੋ? ਇਹ ਮੇਰਾ ਹਾਲ 80 ਤੋਂ ਪਹਿਲੇ ਦੀਆਂ ਗੱਲਾਂ ਨੇ, 80 ਤੋਂ ਬਾਅਦ ਵੀ ਮੈਂ ਬਹਰਹਾਲ 85 'ਚ ਮੈਂ ਸਾਊਦੀ ਅਰਬ ਆ ਗਿਆ ਸੀ। ਠੀਕ ਹੈ, ਠੀਕ ਹੈ, ਅਤੇ ਉਸ ਵੇਲੇ ਫਿਰ ਉੱਥੇ ਆ ਕੇ ਫਿਰ ਕੀ ਉੱਥੇ ਸੈਨਮਿਆਂ 'ਚ ਫਿਲਮਾਂ, ਸੈਨਮਿਆਂ 'ਚ ਫਿਲਮਾਂ ਇੰਜੋਏ ਕਿ ਸਮੋਸੇ ਅਤੇ ਬੋਤਲਾਂ, ਅੱਛਾ, VIP ਇੰਜੋਏ ਤਾਂ ਇਹੋ ਹੀ ਹੁੰਦੀ ਸੀ, ਲੋਕਾਂ ਨੇ ਜਿਹੜੀ ਉਹ ਫਿਲਮ ਜਾ ਕੇ ਦੇਖਣੀ ਆ, ਇਹ ਸਾਡੇ ਤਕਰੀਬਨ ਅਕਸਰੀਅਤ ਲੋਕਾਂ ਦੀ ਉਹ ਇੰਜੋਏਮੈਂਟ ਹੁੰਦੀ ਸੀ, ਹੈਂਜੀ। ਅਤੇ ਉਸ ਤੋਂ ਬਾਅਦ ਮਾਸ਼ਾਅੱਲਾ ਔਰ ਰੇਡੀਓ ਪ੍ਰੋਗਰਾਮ ਤਾਂ ਤੁਹਾਨੂੰ ਪਤਾ ਹੀ, ਜਿਹੜੇ ਫੌਜੀ ਭਾਈਆਂ ਦੇ ਪ੍ਰੋਗਰਾਮ ਚੱਲਦੇ ਸੀ, ਉਹਨਾਂ ਨਾਲ ਲੋਕ ਬੜਾ ਇੰਜੋਏ ਕਰਦੇ ਸੀ, ਨਿਜ਼ਾਮ ਦੀਨ ਦਾ ਬੜਾ ਮਸ਼ਹੂਰ ਕਰਾਇਆ। ਫਿਰ ਫੈਸਲਾਬਾਦ ਦੀ ਮੰਡੀ ਮੋਏਸ਼ੀਆ ਹੁੰਦੀ ਸੀ ਇੱਕ, ਅੱਛਾ, ਬੜੀ ਵੱਡੀ,
ਉੱਥੇ ਤਾਂ ਹਰ ਕਿਸਮ ਦੀ ਇੰਜੋਏ ਹੁੰਦੀ ਸੀ, ਹਾਂਜੀ, ਮਠਿਆਈਆਂ ਤੇ ਜਲੇਬੀਆਂ ਤੇ ਮਾਰ। ਅੱਛਾ, ਤੁਹਾਡੇ ਫੈਸਲਾਬਾਦ ਜਿਹੜਾ ਲੈਲਪੁਰ ਸੀ ਉੱਥੋਂ ਦਾ ਇੱਕ ਜੰਗੀਰ ਪਲਾਓ ਵਾਲੇ ਬੜੇ ਮਸ਼ਹੂਰ। ਜੀ ਜੀ ਜੀ, ਜੰਗੀਰ ਪਲਾਓ, ਉਹਨਾਂ ਦਾ ਇੱਕ ਭਾਈ ਇੱਕ ਫਨਕਾਰ ਵੀ ਆ, ਉਹ ਡਰਾਮਿਆਂ 'ਚ ਕੰਮ ਕਰਦਾ ਰਿਹਾ, ਉਹਦਾ ਨਾਂ ਤਾਰਿਕ ਜਵੇਦ ਕੇ ਇਸ ਤਰ੍ਹਾਂ ਦਾ ਕੋਈ ਨਾਂ ਹੈ ਉਹਦਾ। ਹਾਂ, ਤੇ ਬੜਾ ਪੀਰਾਂ ਫਕੀਰਾਂ ਦਾ ਵੀ ਇਲਾਕਾ ਹੈ ਉੱਥੇ, ਬਾਬਾ ਲਸੂੜੀ ਸ਼ਾਹ ਜੀ, ਲਸੂੜੀ ਸ਼ਾਹ ਵੀ ਹੈ, ਉਹਨਾਂ ਦਾ ਬੜਾ ਦਰਬਾਰ ਤੇ ਬੜੇ ਵੱਡੇ ਉਹਨਾਂ ਦੇ ਪੈਰੋਕਾਰ ਨੇ ਮੰਨਣ ਵਾਲੇ ਜੀ, ਤੇ ਉਹਦੇ ਸਾਹਮਣੇ ਮੇਰਾ ਖਿਆਲ ਨੁਸਰਤ ਫਤਿਹ ਅਲੀ ਸਾਹਿਬ ਦਾ ਘਰ ਜੀ, ਬਿਲਕੁਲ ਬਿਲਕੁਲ ਬਿਲਕੁਲ, ਉੱਥੇ ਪੜ ਪੜ ਕੇ ਤੇ ਬੋਲ ਬੋਲ ਕੇ ਤੇ ਉਹ ਮਤਲਬ ਉਹਨਾਂ ਦੀ ਲਾਜੇ ਉਹਨਾਂ ਨੂੰ ਲੱਗ। ਵੇਖ ਲਓ ਤੁਸੀਂ ਸ਼ਹਿਰ ਫੈਸਲਾਬਾਦ ਦਾ ਨੁਸਰਤ ਫਤਿਹ ਅਲੀ, ਮਾਸ਼ਾਅੱਲਾ ਕਿਸ ਤਰ੍ਹਾਂ, ਮਤਲਬ ਉਹਦੇ ਦੇਖੋ ਪੂਰੀ ਦੁਨੀਆ 'ਚ ਉਹਨੇ ਨਾਂ ਪੈਦਾ ਕੀਤਾ ਪਾਕਿਸਤਾਨ ਦਾ। ਬਿਲਕੁਲ ਬਿਲਕੁਲ। ਅੱਛਾ, ਦੂਸਰਾ ਇਹ ਹੈ ਕਿ ਤੁਹਾਡੇ ਫੈਸਲਾਬਾਦ ਦੇ ਆਲੇ ਦੁਆਲੇ ਜੀ, ਉਹ ਜਦੋਂ ਵੀ ਕਿਤੇ ਜਾਂਦੇ ਆ ਨਾ ਤੇ ਵੱਡੇ ਵੱਡੇ ਟਰਾਲੇ ਤੇ ਟਰੈਕਟਰ ਤੇ ਉਹ ਚੱਲਦੇ ਨੇ, ਉਹਨਾਂ ਦੇ ਉੱਤੇ ਗੰਨੇ ਹੀ ਗੰਨੇ ਲੱਦੇ ਹੁੰਦੇ ਨੇ, ਕੀ ਫੈਸਲਾਬਾਦੀ ਸਾਰੇ ਜਿਹੜੇ ਨੇ ਉਹ ਗੁੜ ਖਾਂਦੇ ਨੇ ਜਾਂ ਸ਼ੱਕਰ ਖਾਂਦੇ ਨੇ? ਬੜੀ ਇਹ ਖੁਸ਼ ਨਸੀਬੀ ਸੀ ਸਾਡੀ, ਪੰਜਾਬ ਦੀ ਫੈਸਲਾਬਾਦ 'ਚ ਕਣਕ ਬਹੁਤ ਜ਼ਿਆਦਾ ਹੁੰਦੀ ਸੀ। ਜਗ੍ਹਾ ਜਗ੍ਹਾ ਬਣ ਗਈਆਂ ਨੇ, ਇੰਨਾ ਰਸ਼ ਟ੍ਰੈਫਿਕ ਦਾ, ਬਾਈਕਾਂ ਦਾ, ਮੋਟਰਸਾਈਕਲਾਂ ਦਾ ਤੇ ਬਹੁਤ ਜ਼ਿਆਦਾ ਰਸ਼। ਅੱਛਾ ਅੱਛਾ। ਉਹ ਫੈਸਲਾਬਾਦ ਹੁਣ ਉਹ ਫੈਸਲਾਬਾਦ ਨਹੀਂ ਰਿਹਾ, ਬਦਲ ਗਿਆ, ਬਹੁਤ ਜ਼ਿਆਦਾ ਬਦਲ ਗਿਆ। ਲੋਕੀ ਵੀ ਬਦਲ ਗਏ ਨੇ? ਲੋਕ ਤਾਂ ਖੈਰ ਬਦਲੇ ਨਹੀਂ ਗਏ, ਉਹ ਹੀ ਨੇ ਅਜੇ। ਅੱਛਾ, ਨਹੀਂ ਨਾ, ਖਲੂਸ ਮੁਹੱਬਤਾਂ ਪੁਰਾਣੇ ਵਕਤਾਂ ਜਿਹੜੀਆਂ ਉਹਨਾਂ 'ਚ ਵੀ ਕੋਈ ਫਰਕ ਬਸ ਉਹਨਾਂ 'ਚ ਕੋਈ ਫਰਕ ਆ ਵੀ ਗਿਆ ਥੋੜ੍ਹਾ ਬਹੁਤਾ, ਲੇਕਿਨ ਪਹਿਲੇ ਤਾਂ ਚਲੋ ਜੀ ਲੋਕ ਇਕੱਠੇ ਰਹਿੰਦੇ ਸੀ ਜ਼ਮੀਨਾਂ ਦੇ ਉੱਥੇ, ਟਾਹਲੀਆਂ ਦੇ ਉੱਥੇ ਜਾ ਕੇ, ਮਤਲਬ ਸਾਇਆਦਾਰ ਉੱਥੇ ਬਹਿਣਾ, ਪਿੰਡਾਂ ਦੇ ਮਾਹੌਲ, ਉੱਥੇ ਲੱਸੀਆਂ ਪੀਣੀਆਂ, ਖਾਣਾ ਪੀਣਾ, ਹਾਂਜੀ ਮਹੱਲਿਆਂ ਚ, ਜਾਂ ਬਾਹਰ ਲੋਕ ਸੌਂਦੇ ਸੀ ਸੜਕ ਤੇ ਆਮ, ਮਤਲਬ ਮਹੱਲਿਆਂ ਚ, ਹੁਣ ਉਹ ਚੀਜ਼ ਤੁਹਾਨੂੰ ਨਹੀਂ ਮਿਲਦੀ। ਪਹਿਲੇ ਤੇ ਹੁੰਦਾ ਸੀ ਨਾ ਜੀ ਖਾਲਸ ਹਰ ਕੰਮ, ਹਾਂਜੀ, ਯਾਨੀ ਪਿੰਡ ਹੁੰਦੇ ਹਨ, ਪਿੰਡਾਂ ਚ ਖੂਹ ਹੁੰਦੇ ਹਨ, ਖੂਹ ਢੱਗੇ ਜਿਹੜੇ ਨੇ ਜੋਏ ਹੁੰਦੇ ਹਨ, ਹਾਂਜੀ, ਉਹ ਢੱਗਿਆਂ ਦੇ ਨਾਲ ਉਹ ਪੈਲੀਆਂ ਵਾਂਹਦੇ ਸਨ, ਹੁਣ ਮਸ਼ੀਨਾਂ ਨੇ ਉਹਨਾਂ ਦੀ ਜਗ੍ਹਾ, ਹੁਣ ਮਸ਼ੀਨਾਂ ਆ ਗਈ, ਟਰੈਕਟਰਾਂ ਲੱਲੀ, ਕਟਾਈ ਦੀ ਜਗ੍ਹਾ ਦੇ ਥਰੈਸ਼ਰਾਂ ਲੱਲੀ, ਤੇ ਪਹਿਲੇ ਉਹ ਮੁਹੱਬਤਾਂ ਪਿਆਰ ਹੁੰਦੇ ਹਨ ਢੱਗਿਆਂ ਦੇ ਨਾਲ, ਜਿਹੜਾ ਉੱਥੇ ਪਿੰਡਾਂ ਦੇ ਵਿੱਚ ਖਾਲਸ, ਉਹ ਕੋਈ ਤੇਲ ਲੈਣ ਕਿਸੇ ਨੇ ਜਾਣਾ ਨਾ ਕਿਸੇ ਕਿਸਮ ਦਾ, ਮਤਲਬ ਸਰਸੋਂ ਦਾ ਤੇਲ ਚਾਹੀਦਾ, ਹਾਂਜੀ, ਅਲਸੀ ਦਾ ਤੇਲ ਚਾਹੀਦਾ, ਤਿਲਾਂ ਦਾ ਤੇਲ ਚਾਹੀਦਾ, ਹਾਂਜੀ, ਤੇ ਇਹ ਸਾਰੇ ਖਾਲਸ ਤੇਲ ਵੀ ਜਿਹੜੇ ਤਾਰੇ ਮੇਰੇ ਦਾ ਤੇਲ ਜੀ ਪਿੰਡਾਂ ਚੋਂ ਮਿਲਦੇ ਹਨ, ਪਿੰਡਾਂ ਦਾ ਬੜਾ ਮਾਹੌਲ ਸੀ, ਬੜਾ ਮਾਹੌਲ, ਨਾਲੇ ਉਹ ਖਲ ਬਣਦੀ ਸੀ, ਨਾਲੇ ਉਹ ਤੇਲ ਕੱਢਦੇ ਹਨ। ਰਾਣਾ ਸਾਹਿਬ ਜਿਹੜਾ ਗੁੜ ਵੀ ਬਣਾਉਂਦੇ ਹੁੰਦੇ ਸੀ, ਉਹ ਵੀ ਦੇਖੋ ਤੁਸੀਂ, ਤੁਸੀਂ ਆਪਣੀ ਅੱਖੀ ਵੀ ਗੁੜ ਛੁੜ ਬਣਾਉਂਦੇ ਆ, ਕੜਾ ਬਿਲਕੁਲ, ਉਹ ਜਿਹੜਾ ਮਤਲਬ ਮਜ਼ਾ ਆਉਂਦਾ ਸੀ ਉੱਥੇ ਤਾਜ਼ਾ ਗੁੜ ਖਾਣ ਦਾ, ਬਣਦਾ ਸੀ, ਬਸ ਜਦੋਂ ਜਾਣਾ ਕਿਤੇ ਅਸੀਂ ਦੋਸਤਾਂ ਦੇ ਨਾਲ, ਅਸੀਂ ਇਕੱਠਿਆਂ ਉੱਥੇ ਜ਼ਮੀਨਾਂ ਜ਼ਮੂਨਾਂ ਤੇ ਦੋਸਤਾਂ ਦੀਆਂ ਤੇ, ਅੱਛਾ, ਦੇਖਣਾ ਤੇ ਉੱਥੇ ਗੁੜ ਬਣਦਾ ਪਿਆ ਏ, ਬੁੱਢੇ ਬੁੱਢੇ ਲੱਗੇ ਨੇ ਭਾਜੀ ਉਹਦਾ ਬਣਾਉਣ ਡਿਆ ਨੇ, ਗੋਲ ਗੋਲ ਮੰਜੀਆਂ ਦੇ ਉੱਤੇ ਤੇ ਚਟ ਚਟਾਈਆਂ ਦੇ ਉੱਤੇ ਰੱਖੇ ਨੇ, ਸੁੱਕਣੇ ਪਾਇਆ, ਜਦੋਂ ਠੰਡਾ ਹੋਣਾ, ਲੈ ਪੁੱਤਰ ਖਾਓ, ਮਜ਼ਾ ਦੇਖੋ ਕੈਸਾ ਹੈ, ਮੈਂ ਕਹਿੰਦਾ ਬਾਬਾ ਜੀ ਬਹੁਤ ਮਜ਼ਾ ਆਇਆ, ਬੜਾ ਅੱਛਾ, ਖਾਲਸ ਗੁੜ ਫਿਰ ਹੋਣਾ, ਉਹਦੇ 'ਚ ਕੋਈ ਸੋਡਾ ਸਾਡਾ ਨਹੀਂ ਪਾਇਆ, ਨਾ 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 ਨਾ, ਮੈਂ ਕਹਿੰਦਾ ਰਾਣਾ ਸਾਹਿਬ ਉਦੋਂ ਬਸ, ਮੈਂ ਕਹਿੰਦਾ ਸੁੱਕੀ ਰੋਟੀ ਦਾ ਹੀ ਬਹੁਤ ਮਜ਼ਾ ਆਉਂਦਾ ਸੀ, ਉੱਥੇ ਹੁੰਦਾ ਕੀ ਸੀ, ਉਹ ਪਿੰਡਾਂ ਥਾਵਾਂ 'ਚ ਬੇਰੀਆਂ ਲਾਈਆਂ ਹੁੰਦੀਆਂ ਹਨ, ਬੇਰ ਆਪ ਤੋੜਦੇ ਹਨ, ਉਹ ਹੀ ਬੇਰ ਵੇਚਦੇ ਆ, ਉਹ ਹੀ ਬੇਰ ਵੇਚਦੇ ਤੇ ਉੱਥੇ ਜਨਾਬ ਠੰਡੇ ਖੂਹ ਦੇ ਪਾਣੀ, ਟਿੰਡਾਂ ਉਹਨਾਂ ਦੀਆਂ ਆਵਾਜ਼ਾਂ, ਹਾਂਜੀ, ਉਹ ਜਦੋਂ ਢੱਗੇ ਖੂਹ ਘੇੜਦੇ ਹਨ
ਤੇ ਉਹਨਾਂ ਦੇ ਉਹ ਜਦੋਂ ਫਿਰਦੇ ਹਨ ਤੇ ਟਿੰਡਾਂ ਦੀ ਆਵਾਜ਼ਾਂ ਤੇ ਫਿਰ ਢੱਗਿਆਂ ਦੇ ਘਰਾਂ ਦੇ ਵਿੱਚ ਟੱਲ ਪਾਏ ਹੁੰਦੇ ਹਨ, ਉਹ ਟਨ 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 ਕਰਦੇ ਨਾਲ ਚੱਕਰ ਲਾਉਂਦੇ। ਸਾਡੇ ਕੋਲ ਨਹਿਰ ਚੱਲਦੀ ਹੈ ਰੱਖ ਬਰਾਂਚ ਨਾਲ ਸਮੁੰਦਰੀ ਤੱਕ, ਉਹ ਨਾਲ ਨਾਲ ਫੈਸਲਾਬਾਦ ਦੇ ਵਿੱਚੋਂ ਸੈਂਟਰ ਚੋਂ ਨਿਕਲਦੀ ਹੈ। ਅੱਛਾ, ਹਾਂਜੀ, ਉਹਦੇ 'ਚ ਅਸੀਂ ਨਹਾਉਂਦੇ ਰਹੇ ਹਾਂ ਬਚਪਨ 'ਚ। ਅੱਛਾ, ਹੈ ਤਰਬੂਜ ਖਾਣੇ ਇੱਕ ਦੂਜੇ ਨੂੰ ਮਾਰਨੇ, ਠੀਕ ਹੈ, ਪੰਜਾਬੀ ਸਾਡੇ ਲੂੰ ਲੂੰ ਚ ਬਸਿਆ ਹੋਇਆ ਪੰਜਾਬੀ ਕਲਚਰ, ਚਾਹੇ ਪੰਜਾਬੀ ਲਹਿੰਦਾ ਪੰਜਾਬ ਲਹਿੰਦਾ ਪੰਜਾਬ ਹੈ, ਚੜ੍ਹਦਾ ਪੰਜਾਬ ਸਿੱਖਾਂ ਦੇ ਕੋਲ ਹੈ, ਬਿਲਕੁਲ, ਮੁਸਲਮਾਨ ਵੀ ਬੜੇ ਨੇ ਉੱਥੇ ਨਾਲ ਵਿੱਚ, ਸਰਾਇਕੀ ਵੀ ਤੇ ਉਹ ਵੀ ਚੱਲਦਾ ਹੈ ਨਾ, ਸਰਾਇਕੀ ਵੀ ਪੰਜਾਬ ਦਾ ਹਿੱਸਾ ਹੈ ਨਾ ਜੀ, ਪੰਜਾਬੀ ਸਰਾਇਕੀ ਮਤਲਬ ਪੰਜਾਬ 'ਚ ਛੋਟੀਆਂ ਛੋਟੀਆਂ ਬੋਲੀਆਂ ਦਾ ਫਰਕ ਹੈ, ਮਿੱਠੀ ਜ਼ਬਾਨ, ਜਿਵੇਂ ਫੈਸਲਾਬਾਦ ਕਿੱਦਾਂ ਇੱਦਾਂ ਕਹਿੰਦੇ ਨੇ, ਹਾਂਜੀ, ਹਾਂ, ਤੇ ਲਾਹੌਰ ਦੇ ਜੇ ਹੀਗਾ ਹੈਗਾ ਕਹਿੰਦੇ ਨੇ, ਜੀ ਜੀ ਜੀ, ਸਿਆਲਕੋਟ 'ਚ ਉਹ ਆਇਆ ਕਰਨਾ ਤੇ ਪਤਾ ਨੀ ਜਾਇਆ ਕਰਨੇ ਪਏ ਆ ਜੀ, ਅਸੀਂ ਆਪਣੇ ਸਿਆਲਕੋਟ ਹੀ ਹੁੰਦੇ ਆ, ਲਹਿਜੇ ਤੇ ਥੋੜੇ ਲਹਿਜਾ ਉਹਨਾਂ ਦਾ, ਤੁਸੀਂ ਕਿੱਥੇ ਜੁਲਦੇ ਪਏ ਜੀ, ਕਿਤੇ ਆਉਂਦੇ ਜੇਲ ਵਾਲੇ ਪਾਸੇ, ਪਿੰਡੀਵਾਲ, ਹਾਂਜੀ, ਪਿੰਡੀਵਾਲੀਏ ਜਿਹੜੇ ਨੇ ਕਿਤੇ ਉਹਨਾਂ ਨੂੰ ਜੁਲਨੇ ਪਏ ਆ ਜੀ, ਥੱਲਿਆਂ ਨੂੰ ਜੁਲਨੇ ਪਏ ਆ, ਹਾਂਜੀ, ਹੈ, ਤੇ ਇਹ ਬੜਾ ਵੈਸੇ ਕਲਚਰ ਹੈ ਸਾਡਾ, ਰੰਗ ਬਿਰੰਗਾ, ਰੰਗ ਬਿਰੰਗਾ, ਰੰਗ ਬਿਰੰਗਾ ਪੰਜਾਬ, ਉਹ ਕਹਿੰਦੇ ਨਾ ਸੱਤ ਰੰਗ ਪੰਜਾਬ ਦੇ, ਤੇ ਇਹ ਜਨਾਬ ਜ਼ਿੰਦਾ ਦਲਾਨਾ ਲੋਕਾਂ ਦਾ ਜਿਹੜਾ ਪੰਜਾਬ ਹੈ, ਬਲਕਿ ਕਹਿੰਦੇ ਨੇ ਕਿ ਪੰਜ ਪਾਣੀਆਂ ਦਾ ਪੰਜਾਬ, ਪੰਜ ਨਦ, ਪੰਜ ਪਾਣੀ ਇਕੱਠੇ ਮਿਲਦੇ ਨੇ ਤੇ ਇਸ ਲਈ ਉਹ ਪੰਜਾਬ ਬਣਦਾ, ਤੇ ਇਹ ਪੰਜ ਦਰਿਆ ਜਿਹੜੇ ਨੇ ਉੱਥੋਂ ਗੁਜ਼ਰਦੇ ਨੇ, ਪੰਜਾਂ ਦਰਿਆਵਾਂ ਦੀ ਸਰਜ਼ਮੀਨ ਹੈ ਪੰਜਾਬ, ਤੇ ਪੰਜਾਬ ਦੇ ਇਸ ਤਰ੍ਹਾਂ ਹੀ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਹੁੰਦੀਆਂ ਰਹਿਣ, ਸਰਕਸ ਵਗੈਰਾ ਹੁੰਦੇ ਸਨ, ਜੀ ਜੀ, ਸਾਈਕਲ ਚਲਾਉਂਦੇ, ਸਾਈਕਲ ਚਲਾਉਂਦੇ ਸੀ, ਮੌਤ ਦਾ ਖੂਹ ਹੁੰਦਾ ਸੀ ਉੱਥੇ, ਮੌਤ ਦਾ ਖੂਹ, ਆ ਗਾਣੇ ਗਾ ਰਹੇ ਹੁੰਦੇ ਸੀ ਉਹ, ਮਤਲਬ ਜਿਹੜੇ ਉਹ ਮਤਲਬ ਖੁਸਰੇ ਟੈਪ ਲੋਕ ਜਿਹੜੇ ਜਾਂਦੇ ਨੱਚਦੇ ਸੀ ਉੱਥੇ, ਹਾਂਜੀ, ਅੱਛਾ ਅੱਛਾ, ਇਸੇ ਤਰ੍ਹਾਂ ਹੀ ਆਲਮ ਲੋਹਾਰ ਜਿਹੜਾ ਬੜਾ ਲੋਕ ਵਿਰਸੇ ਦਾ ਗੁਲੂਕਾਰ ਸੀ, ਲੋਹਾਰ ਜਿਹੜਾ ਹੁਣ ਉਹ ਬੜਾ ਉੱਚਾ ਟੌਪ ਦਾ, ਤੇ ਪੰਜਾਬ ਨੇ ਬੜੇ ਬੜੇ ਗਵਾਈਏ ਦਿੱਤੇ ਨੇ, ਪੰਜਾਬੀ ਗਵਾਈਏ ਜਿਹੜੇ ਨੇ, ਹਾਂਜੀ ਹਾਂਜੀ ਹਾਂਜੀ, ਬੜੇ ਬੜੇ ਸ਼ਾਇਰ ਵਾਰਿਸ ਸ਼ਾਹ ਵਰਗੇ ਤੇ ਆਪਣਾ ਬੜੇ ਬੜੇ ਸ਼ਾਇਰ ਵੀ ਪੈਦਾ ਕੀਤੇ ਨੇ, ਆਪਣਾ ਬੁੱਲੇ ਸ਼ਾਹ, ਔਰ ਬਾਬਾ ਫਰੀਦ, ਫਿਰ ਤੁਸੀਂ ਉੱਥੇ ਚਲੇ ਜਾਓ ਸਖੀ ਸੁਲਤਾਨ ਬਾਹੂ, ਪੰਜਾਬੀ ਸ਼ਾਇਰ, ਬੜੇ ਬੜੇ ਸ਼ਾਇਰ ਪੈਦਾ ਹੋਏ ਨੇ, ਬੜੇ ਬੜੇ ਗੁਲੂਕਾਰ ਪੈਦਾ ਹੋਏ ਨੇ, ਫਿਰ ਆਸ਼ਕਾਂ ਦੀ ਸਰਜ਼ਮੀਨ ਵੀ ਇਹ ਹੀ ਹੈ, ਤੇ ਇਹ ਜਨਾਬ ਪੰਜਾਬ ਸਾਡੇ ਦੀਆਂ ਗੱਲਾਂ ਸਨ, ਤੇ ਇਹ ਆਏ ਨੇ ਉੱਥੋਂ ਪੰਜਾਬ ਚੋਂ ਤਾਜ਼ੇ ਤਾਜ਼ੇ ਹੀ, ਤੇ ਮਠਿਆਈਆਂ ਛਟਿਆਈਆਂ ਵੀ ਲੈ ਕੇ ਆਏ ਨੇ, ਸਰੋਂ ਦੇ ਸਾਗ ਵੀ ਖਾ ਕੇ ਆਏ ਆ, ਸਰੋਂ ਦੇ ਸਾਗ ਖਾ ਕੇ ਆਏ, ਕੜਾਹੀ ਗੋਸ਼ਤ ਵੀ ਖਾ ਕੇ ਆਏ ਆ, ਜਿਹੜੀ ਪੰਜਾਬ ਦੀਆਂ ਡਿਸ਼ਾਂ ਨੇ, ਮਾਸ਼ਾਅੱਲਾ, ਹਾਂਜੀ, ਬਿਲਕੁਲ ਬਿਲਕੁਲ, ਲਓ ਜੀ, ਅੱਜ ਦਾ ਸਾਡਾ ਵੇਲਾ ਜਿਹੜਾ ਉਹ ਖਤਮ ਹੁੰਦਾ ਪਿਆ, ਤੇ ਆਪਣਾ ਅੱਜ ਦੇ ਪ੍ਰਾਹੁਣੇ ਹੁਣ ਸਾਡੇ ਨਾਲ ਇਸ ਪ੍ਰੋਗਰਾਮ ਖਰੀਆਂ ਗੱਲਾਂ ਦੇ ਵਿੱਚ, ਖਰੀਆਂ ਤੇ ਕਲਚਰਲ ਗੱਲਾਂ ਹੁੰਦੀਆਂ ਨੇ ਸਾਡੀਆਂ, ਬਿਲਕੁਲ, ਉਹਦੇ ਨਾਲ ਇਹ ਹੈ ਕਿ ਅਸੀਂ ਆਉਂਦੇ ਹਾਂ ਕਿ ਪੰਜਾਬ ਨੂੰ, ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖੀਏ, ਤੇ ਸੱਚੀਆਂ ਤੇ ਖਰੀਆਂ ਗੱਲਾਂ ਵੀ ਹੋਣ ਪੰਜਾਬੀ ਦੀਆਂ, ਤੇ ਲੋਕ ਇਹਨੂੰ ਬੜਾ ਪਸੰਦ ਕਰਦੇ ਨੇ ਬੇ, ਤੇ ਅੱਜ ਨਵੇਂ ਮਹਿਮਾਨ ਦੇ ਨਾਲ ਅਸੀਂ ਹਾਜ਼ਰ ਸਾਂ, ਤੇ ਸਾਨੂੰ ਸਾਡਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗੇ, ਸਾਡੀਆਂ ਗੱਲਾਂ ਚੰਗੀਆਂ ਲੱਗਣ,
ਅਤੇ ਸਾਨੂੰ ਇਹਦਾ ਜਿਹੜਾ ਫੀਡਬੈਕ ਜ਼ਰੂਰ ਦਿਓ, ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ। ਇਹਨੂੰ ਜਿੰਨਾ ਤੋਂ ਜਿੰਨਾ ਜ਼ਿਆਦਾ ਪ੍ਰਮੋਟ ਕਰ ਸਕਦੇ ਹੋ ਕਰੋ, ਕਿਉਂਕਿ ਪ੍ਰਮੋਟ ਕਰਨ ਵਾਲੀ ਪੰਜਾਬੀ ਜਿਹੜੀ ਮਾਂ ਬੋਲੀ ਆ, ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ ਦੁਨੀਆ ਤੱਕ ਪਹੁੰਚਣੀ ਚਾਹੀਦੀ ਆ। ਹਰ ਬੰਦਾ ਆਪਣੀ ਜ਼ਬਾਨ ਨਾਲ ਪਿਆਰ ਕਰਦਾ, ਅਸੀਂ ਵੀ ਪੰਜਾਬ ਨਾਲ ਪਿਆਰ ਕਰਨੇ ਹਾਂ। ਅਤੇ ਵੈਸੇ ਹੀ ਅੱਜ ਕੱਲ੍ਹ ਤਾਂ ਸਾਫ਼ ਸੁਥਰਾ ਪੰਜਾਬ, ਹਰ ਪਾਸੇ ਸਫਾਈਆਂ ਸਫਾਈਆਂ ਹੋ ਰਹੀਆਂ ਨੇ, ਅਤੇ ਅਸੀਂ ਉਹਦਾ ਕ੍ਰੈਡਿਟ ਮੌਜੂਦਾ ਪੰਜਾਬ ਗੌਰਮੈਂਟ ਦੀ ਮੁੱਖ ਮੰਤਰੀ ਜਿਹੜੀ ਆ ਉਹ ਮਰੀਅਮ ਨਵਾਜ਼ ਸਾਹਿਬਾਂ ਨੂੰ ਵੀ ਦਿੰਦੇ ਹਾਂ ਕਿ ਉਹਨਾਂ ਮਾਸ਼ਾਅੱਲਾ ਬੜੇ ਜਿਹੜਾ ਐਤਕਾਂ ਈਦ ਦੇ ਉੱਤੇ ਵੀ ਅਲਾਇਸ਼ਾਂ ਤੋਂ ਪਾਕ ਕੀਤਾ, ਸਾਫ਼ ਸੁਥਰਾ ਕੀਤਾ, ਅਤੇ ਅੱਗੋਂ ਲੋਕਾਂ ਲਈ ਬੜੀਆਂ ਸਹੂਲਤਾਂ, 100 ਦਿਨ 'ਚ 100 ਤੋਂ ਜ਼ਿਆਦਾ ਪ੍ਰੋਜੈਕਟ ਸ਼ੁਰੂ ਕਰਦੇ ਨੇ। ਅੱਲਾਹ ਤਾਲਾ ਪੰਜਾਬ ਸਾਡੇ ਨੂੰ ਸੋਹਣੀ ਧਰਤੀ ਨੂੰ ਇਸੇ ਤਰ੍ਹਾਂ ਸ਼ਾਦੋ ਆਬਾਦ ਰੱਖੇ, ਉੱਥੇ ਰਹਿਣ ਵਾਲਿਆਂ ਨੂੰ ਵੀ ਸ਼ਾਦੋ ਆਬਾਦ ਰੱਖੇ, ਅਤੇ ਭਰਾਵਾਂ ਨੂੰ ਵੀ, ਅਤੇ ਜਿਹੜਾ ਵੀ ਭਰਾ ਜਿਹੜਾ ਉਹ ਚੈਨਲ 'ਚ ਆ ਕੇ ਕੋਈ ਆਪਣੀ ਮਾਲੂਮਾਤ ਸ਼ੇਅਰ ਕਰਨਾ ਚਾਹੁੰਦਾ, ਗੱਲ ਕਰਨਾ ਚਾਹੁੰਦਾ, ਉਹਦੇ ਲਈ ਸਾਡਾ ਇਹ ਜਪਾਨ ਤੋਂ ਜਿਹੜਾ ਵਾਅਦੇ ਆ ਕੇ ਜਪਾਨ ਟੀਵੀ ਦਾ ਜਿਹੜਾ ਪ੍ਰੋਗਰਾਮ ਹੈ ਪੰਜਾਬੀ ਦਾ, ਉਹਦੇ 'ਚ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਨੇ, ਜਦੋਂ ਮਰਜ਼ੀ ਆਓ ਜਨਾਬ, ਅਸੀਂ ਹਾਜ਼ਰ ਹਾਂ। ਅਤੇ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ।